6 ਜੂਨ ਨੂੰ ਉੱਥੇ ਕਤਲੇਆਮ ਹੋਇਆ ਸੀ ਉੱਥੇ ਸ਼ਹੀਦਾਂ ਦਾ ਵੀ ਆਪਣੇ ਹਿੰਦੂ ਵੀ ਉੱਥੇ ਮਰੇ ਸੀਗੇ ਠੀਕ ਆ ਜੇ ਕਤਲੇਆਮ ਤਾਂ ਹੋਇਆ ਨਾ ਉੱਥੇ ਜੇ ਉਗਰਵਾਦ ਦੇ ਉਗਰਵਾਦ ਨੂੰ ਨੱਥ ਪਾਉਣ ਵਾਸਤੇ ਲਾ ਲੋ ਠੀਕ ਆ ਜੇ ਤੁਸੀਂ ਇਹ ਉਗਰਵਾਦ ਦੇ ਨੱਥ ਪਾਉਣ ਨੂੰ ਆਪਾਂ ਕਹਿੰਨੇ ਉਗਰਵਾਦ ਦੇ ਨੱਥ ਪਾਉਣ ਨੂੰ ਆ ਤੇ ਉੱਥੇ ਇਹ ਹਿੰਦੂ ਵੀ ਮਰੇ ਸੀਗੇ ਅਸੀਂ ਤਾਂ ਇਹ ਕਹਿੰਨੇ ਜੇ 6 ਜੂਨ ਨੂੰ ਪ੍ਰੋਗਰਾਮ ਕਰਨਾ ਵਾ ਕੋਈ ਵੀ ਉਹ ਵੀ ਕਰਦੇ ਨੇ ਵਿੱਚ ਹਿੰਦੂਆਂ ਦਾ ਉੱਥੇ ਫੋਟੋਆਂ ਲਾਈਆਂ ਜਾਂ ਜਿਹੜੇ ਸ਼ਹੀਦ ਹੋਏ ਨੇ ਜਿਹੜੇ ਉਗਰਵਾਦ ਨੂੰ ਬढ़ावा ਦੇਣਾ ਚਾਹੁੰਦੇ ਨੇ ਉਗਰਵਾਦ ਬਣਾਉਣਾ ਚਾਹੁੰਦੇ ਨੇ ਤੁਸੀਂ ਦੇਖਿਆ ਹੋਊਗਾ ਥੋੜੇ ਦੇਰ ਪਹਿਲਾਂ ਜਦੋਂ ਅਮਰਤਪਾਲ ਉੱਥੇ ਲੈ ਕੇ ਚਲਾ ਗਿਆ ਸੀ ਆਪਣਾ ਥਾਣੇ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਉੱਥੇ ਦੇਖੋ ਤੁਸੀਂ ਉੱਥੇ ਆਪਣੇ ਪੁਲਿਸ ਸੀਗੇ ਸਿੱਖ ਸੀਗੇ ਠੀਕ ਆ ਉਹਨਾਂ ਨੇ ਆਪਣੇ ਮੂੰਹ ਤੇ ਕਰਪਾਨਾ ਖਾਲੀਆਂ ਦਾਤ ਖਾਲੇ ਹਰ ਚੀਜ਼ ਖਾਲੀ ਪਰ ਉਹਨਾਂ ਨੇ ਬੇਅਦਵੀ ਨਹੀਂ ਕੀਤੀ ਆਪਾਂ ਸਿੱਖ ਭਾਈਚਾਰਾ Hindu ਭਾਈਚਾਰਾ ਇਕੱਠਾ ਵਾ ਠੀਕ ਆ Hindu ਭਾਈਚਾਰਾ ਸਿੱਖ ਭਾਈਚਾਰਾ ਇਕੱਠਾ ਵਾ ਇਹ ਬੜਾਵਾ ਪਤਾ ਕੌਣ ਲੋਕ ਦੇ ਰਹੇ ਨੇ ਜਿਹੜੇ ਉਗਰਵਾਦ ਨੂੰ ਬढ़ावा ਦੇਣਾ ਚਾਹੁੰਦੇ ਨੇ ਉਗਰਵਾਦ ਬਣਾਉਣਾ ਚਾਹੁੰਦੇ ਤੁਸੀਂ ਜੇ ਕਹਿ ਦੋ ਹਾਂ ਵੀ ਓਰਵਾਦ ਨੂੰ ਬढ़ावा ਕੌਣ ਦਿੰਦੇ ਇਹ ਛੋਟੇ ਲੋਕ ਦਿੰਦੇ ਆ ਹੁਣ ਪੰਨੂ ਵਰਗਾ ਲਾ ਲੋ ਇੱਥੇ ਆ ਕੇ ਬਿਆਨ ਦੇ ਦਿੰਦਾ ਠੀਕ ਆ ਫਿਰ ਮੁੜ ਕੇ ਕੋਈ ਦੇਖਦਾ ਵੀ ਹੈ ਨਹੀਂ ਜਦੋਂ ਕੋਈ ਚੀਜ਼ ਹੁੰਦੀ ਆ ਹਰ ਉਹ ਤੁਸੀਂ ਜਿਵੇਂ ਪੰਨੂ ਕਦੇ ਵੀ ਟਾਰਗੇਟ ਕਰੂਗਾ ਹਿੰਦੂਆਂ ਨੂੰ ਕਰੂਗਾ ਚਲੋ ਵੀ ਤਹੀ ਕੀਤਾ ਜਾਂਦਾ ਫਿਰ ਭਾਜੀ ਕਿਸੇ ਨਾ ਕਿਸੇ ਨਾਲ ਤਾਂ ਜਵਾਬ ਦੇਣਾ ਨਾ ਤੁਸੀਂ ਮੰਨਦੇ ਹੋ ਨਾ ਕਿਸੇ ਨਾ ਕਿਸੇ ਨੂੰ ਤਾਂ ਜਵਾਬ ਦੇਣਾ ਪਊਗਾ ਨਾ ਮੈਂ ਨਹੀਂ ਦਊਂਗਾ ਕੋਈ ਹੋਰ ਦੇ ਦਊਗਾ ਉੱਥੇ ਕੋਈ ਵੀ ਕਾਂਡ ਹੁੰਦਾ ਵਾ ਉੱਥੇ ਹਿੰਦੂ ਨਹੀਂ ਮਰਦਾ ਮਰਦਾ ਨਾ ਹਿੰਦੂ ਠੀਕ ਆ ਇਨਸਾਨ ਨੂੰ ਤੁਸੀਂ ਇਨਸਾਨ ਨੂੰ ਕਿੰਨੇ ਹੱਕ ਦਿੱਤਾ ਵਾ ਆਪਾਂ ਫਲਾਣੇ ਬੰਦੇ ਨੂੰ ਜੇ ਕੋਈ ਕਰਮ ਕਰਦਾ ਉਹਦੇ ਵਾਸਤੇ ਕਾਨੂੰਨ ਬਣਿਆ ਕਿਹੜੀ ਕੱਟਣਾ ਬਾਰੇ ਗੱਲ ਕਰ ਰਹੇ ਹੋ ਤੁਸੀਂ ਪਟਿਆਲੇ ਦੇਖਿਓ ਇੱਕ ਕਟੜਾ ਹੋਈਆ ਕੁੜੀ ਨਾਲ ਜਿਹੜੀ ਗੋਲੀ ਮਾਰੀ ਗਈ ਅਸੀਂ ਕਹਿੰਨੇ ਜੇ ਉਹਨੇ ਕੀਤਾ ਵਾ ਠੀਕ ਆ ਉੱਥੇ दारू ਪਿੰਦੀ ਵੀ ਸੀ ਉਹਨੂੰ ਉਹਨੂੰ ਪੁਲਿਸ ਉਫੜਾਂਦੇ ਗੋਲੀ ਮਾਰਨ ਦਾ ਇਨਸਾਨ ਨੂੰ ਕਿਸੇ ਨੂੰ ਹੱਕ ਨਹੀਂ ਹੈ ਇਹ ਇਹ ਧਾਰਮਿਕ ਸਥਲ ਤੇ ਜਾ ਕੇ ਸ਼ਰਾਬ ਪੀਣੀ ਬੈਠ ਕੇ ਸੋਗਰ ਗੰਡੇ ਲੋਕਾਂ ਦੀ ਆਸਤਾ ਜੁੜੀਆ ਲੋਕੀ ਉੱਥੇ ਆਪਣੇ ਦੁੱਖ ਰੋਗ ਖਤਮ ਕਰਨ ਜਾਂਦੇ ਨੇ ਉੱਥੇ ਬੈਠ ਕੇ ਸ਼ਰਾਬ ਪੀਣੀ ਤੇ ਤੁਹਾਨੂੰ ਲੱਗਦਾ ਕਿ ਕਿਸੇ ਦੀ ਧਾਰਮਿਕ ਆਸਤਾ ਨੂੰ ਟੇਸ ਪਹੁੰਚਾਇਆ ਜਾਊਗਾ ਹਾਂਜੀ ਹੁਣ ਬਾਕੀ ਤੁਸੀਂ ਕੋਈ ਬਰਦਾਸ਼ਤ ਕਰੂਗਾ ਹੁਣ ਤੁਸੀਂ ਗੁਰਦੁਆਰਿਆਂ ਦੇ ਵਿੱਚ ਕਈ ਦੇ ਵਿੱਚ ਚੱਪਲਾਂ ਲੈ ਕੇ ਲੋਕੀ ਚਲੇਗੇ ਉੱਥੇ ਕੁੱਟਮਾਰ ਹੋਈ ਹੈ ਉਹਨਾਂ ਨੇ ਪੁਲਿਸ ਨੂੰ ਫੜਾਇਆ ਨਾ ਕਤਤਾਂਮ ਦੇ ਲੋਕ ਮਰੇ ਨੇ ਲੇਕਿਨ ਸੰਵਿਧਾਨ ਨੇ ਇਹਦੀ ਇਜਾਜ਼ਤ ਨਹੀਂ ਦਿੰਦਾ ਸੰਵਿਧਾਨ ਕਹਿੰਦਾ 100 ਗੁਨੇ ਗੱਲ ਛੱਡ ਦਾਂ ਇੱਕ ਬੇਗੁਨਾ ਨਹੀਂ ਮਰਨਾ ਚਾਹੀਦਾ ਉਸ ਟਾਈਮ ਤੇ ਸੰਵਿਧਾਨ ਸੋ ਗਿਆ ਸੀ ਭਾਜੀ ਬੇਗੁਨਾ ਕਿੰਨੇ ਮਰੇ ਆ ਠੀਕ ਆ ਤੇ ਉੱਥੇ ਬੇਗੁਨਾ ਮਰੇ ਆ ਤੇ ਹਰ ਚੀਜ਼ ਨੂੰ ਉੱਥੇ 6 ਜੂਨ ਨੂੰ ਜਿਹੜਾ ਪ੍ਰੋਗਰਾਮ ਨਾਇਆ ਜਾਂਦਾ ਵਾ ਠੀਕ ਆ ਹੁਣ 11ਵੇਂ ਗੁਰੂ ਦੀ ਆਪਾਂ ਕਿਸ ਨੂੰ ਦੇ ਦਾਨ ਨੇ ਹਾਂਜੀ 11ਵੇਂ ਗੁਰੂ ਦੀ ਆਪਾਂ ਇਨਸਾਨ ਨੂੰ ਥੋੜੀ 11ਵੇਂ ਗੁਰੂ ਬਣਾ ਸਕਦੇ ਪਿੰਡਰਾਲੇ ਦੇ ਚਲੋ ਉਗਰਵਾਦ ਜਿਹੜਾ ਫਲਾਉਂਦਾ ਵਾ ਆਪਾਂ ਉਹਦੇ ਲਈ ਤਾਂ ਮੋਤ ਬਣੀ ਆ ਦੂਸੇ ਇੱਕ ਭ ਤਾਹੀਂ ਕੋਈ ਹੋਗਾ ਉਗਰਵਾਦ ਨੂੰ ਇਹ ਵੀ ਬੋਲਣ ਅਸੀਂ ਵੀ ਬੋਲਦੇ ਆਂ ਇਹ ਵੀ ਜੇ ਉਗਰਵਾਦ ਦੇ ਖਿਲਾਫ ਬੋਲੂਗੇ ਤਾਂ ਹੀ ਫਾਇਦਾ ਨਾ ਉਗਰਵਾਦ ਨੂੰ ਬੜਾਵਾ ਕੌਣ ਦਿੰਦਾ ਇਹ ਲੋਕ ਦਿੰਦੇ ਨੇ ਠੀਕ ਆ ਅਮਰਤ ਤੁਸੀਂ ਕਹਿ ਦਿੰਦੇ ਹੋ ਅਮਰਤ ਉਹਦੇ 10 ਗਨ ਮੈਂ ਸੀ ਉਹਦੇ ਪਿੱਛੇ ਹੈਗੇ ਸੀ ਨਾ ਜਿਹੜੇ ਬੰਦੂਕਾਂ ਵਾਲੇ ਜੇ ਹਿੰਦੂ ਸਿੱਖ ਭਾਈਚਾਰਾ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਲੱਗ ਗਿਆ ਠੀਕ ਆ ਇਦਾਂ ਸਾਰੇ ਆਪਣੇ ਜੀ ਗਲੀ 'ਚ ਆਪਾਂ ਰਹਿੰਦੇ ਆਂ ਉੱਦੋਂ ਕਟੋਕੜ 10 ਸਿੱਖ ਨੇ ਅਸੀਂ ਭਾਈਚਾਰਾ ਸਾਡਾ ਕੈਮ ਤੇ ਗਾਲਾਂ ਕੌਣ ਕੱਢਦੇ ਛੋਟੇ ਜਿਹੇ ਲੋਕ ਦੋ ਚਾਰ ਲੋਕ ਜਿਹੜੇ ਵਡਾਵਾ ਦਿੰਦੇ ਨੇ ਇਹ ਚੀਜ਼ਾਂ ਨੂੰ ਤੇ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਬਿਆਨਵਾਜੀ ਕਰਕੇ ਹੁੰਦਾ ਹੈ ਸਭ ਕੁਝ ਭਾਜੀ ਬਿਆਨਵਾਜੀ ਕਰਕੇ ਜੇ ਬਿਆਨਵਾਜੀ ਕਰਕੇ ਹੁੰਦਾ ਹੋਵੇ ਤੇ ਅਸੀਂ ਵੀ ਤਾਂ ਹੁਣ ਤੁਸੀਂ ਆਪਣੇ ਜਥੇਦਾਰ ਸਾਹਿਬ ਲਾ ਲਓ ਉਹ ਬਿਆਨ ਦਿੰਦੇ ਆ ਠੀਕ ਆ ਉਹ ਵੀ ਤਾਂ ਇਹੀ ਕਹਿੰਦੇ ਨੇ ਜਿਹੜਾ ਕੋਈ ਗਲਤ ਹੈ ਤੇ ਉਹਨੂੰ ਗਲਤੀ ਕਿਹਾ ਜਾਊਗਾ ਇਹਨੂੰ ਅਕਸਰ ਲੋਕ ਕਹਿੰਦੇ ਨੇ ਕਿ ਤੁਹਾਡੇ ਵੱਲੋਂ ਇਹ ਸਟੰਡ ਖੇਡੇ ਜਾਂਦੇ ਨੇ ਤਾਂ ਕਿ ਪ੍ਰਸ਼ਾਸਨ ਨੂੰ ਬਲੈਕਮੇਲ ਕਰਕੇ ਆਪਾਂ ਆਪਣੀ ਸਿਕਿਉਰਿਟੀ ਵਧਾ ਸਕੀਏ ਜਾਂ ਗਨਮੈਨ ਲੈ ਸਕੀਏ। ਹਾਂਜੀ 15 ਸਾਲ ਤੋਂ ਅਸੀਂ ਸੇਵਾ ਕੀਤੀ ਸ਼ੇਰਸਨਾਂ ਦੀ। ਅਸੀਂ ਕਦੀ ਗਨਮੈਨਾਂ ਵਾਸਤੇ ਕਦੀ ਭੱਜੇ ਨਹੀਂ ਹੈਗੇ। ਠੀਕ ਹੈ ਜੇ ਅਸੀਂ ਸਟੰਟ ਕਰਦੇ ਆਂ ਆ ਪਿੱਛੇ ਜੀ ਗੋਲੀ ਚੱਲੀ ਸੀ ਸਾਨੂੰ ਸਾਰਿਆਂ ਨੇ ਕਿਹਾ ਗਨਮੈਨ। ਅਸੀਂ ਲੋਕਾਂ ਨੇ ਸੱਚ ਨਹੀਂ ਨਾ ਦੇਖਿਆ। ਉਹ ਚੋਰ ਆਇਆ ਸੀ ਉਹਦੇ ਚੋਰ ਨੇ ਗੋਲੀ ਮਾਰੀ। ਲੋਕਾਂ ਨੂੰ ਪਤਾ ਕੀ ਕਹਿੰਦੇ ਸੀ? ਇਹਨਾਂ ਨੇ ਆਪਣੇ ਆਪ ਤੇ ਗੋਲੀ ਮਰਵਾਈ ਹੈ ਗਨਮੈਨਾਂ ਕਰਕੇ। ਦਜਲਾਗ ਨਿਊਜ਼ ਦੇਖ ਰਹੇ ਤੁਸੀਂ ਤਾਂ ਮੈਂ ਤੁਹਾਡਾ ਆਪਣਾ ਗੁਰਵਿੰਦਰ ਸਹਿਮ ਜਿੱਦਾਂ ਜਿੱਦਾਂ 6 ਜੂਨ ਦੀ ਤਰੀਕ ਨੇੜੇ ਆਂਦੀ ਜਾਂਦੀ ਹੈ ਉਦਾਂ ਉਦਾਂ ਹੀ ਆਪਣੀਆਂ ਵਾਹਵਾਹੀ ਲੁੱਟਾਂ ਲਈ ਕਹਿ ਲੋ ਜਾਂ ਸੁਰਖੀਆਂ 'ਚ ਬਣੇ ਰਹਿਣ ਲਈ ਸ਼ਿਵਸਨਾ ਨਾਲੋਂ ਬਿਆਨਬਾਜ਼ੀਆਂ ਸਾਹਮਣੇ ਆਂਦੇ ਰਹਿੰਦਿਆਂ ਨੇ ਅੱਜ ਸਾਡੇ ਨਾਲ ਸ਼ਿਵਸਨਾ ਇਨਸਾਫ ਤੋਂ ਚੇਅਰਮੈਨ ਨੀਲੇ ਚੋਪੜਾ ਦੀ ਜੁੜ ਚੁੱਕੇ ਹਨ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਆ ਕਿ ਅੱਜ ਕੀ 6 ਜੂਨ ਨੂੰ ਇਹ ਕਿਹੜਾ ਪ੍ਰੋਗਰਾਮ ਕਰ ਰਹੇ ਹਨ ਜੇਕਰ ਬੀਰ ਬਜਰੰਗੇ ਹਰ ਹਰ ਮਹਾਦੇਵ ਪਾਜੀ ਅਸੀਂ ਤਾਂ 6 ਜੂਨ ਨੂੰ ਹਵਨ ਕਰ ਰਹੇ ਹਾਂ ਸ਼ਹੀਦਾਂ ਵਾਸਤੇ ਤੁਸੀਂ ਕਹਿ ਰਹੇ ਤੁਸੀਂ ਜਿਹੜਾ ਸਵਾਲ ਕੀਤਾ ਹੁਣੀ ਜਵਾਬ ਦਿੱਤਾ ਸੁਰਖੀਆਂ ਦੇ ਵਿੱਚ ਰਹਿਣ ਵਾਸਤੇ ਠੀਕ ਹੈ 6 ਜੂਨ ਨੂੰ ਹੀ ਕਿਉਂ ਚੁਣੀ ਜਾਂਦੀ ਆ 6 ਜੂਨ ਨੂੰ ਉੱਥੇ ਕਤਲੇਆਮ ਹੋਇਆ ਸੀ ਉੱਥੇ ਸ਼ਹੀਦਾਂ ਦਾ ਵੀ ਆਪਣੇ ਹਿੰਦੂ ਵੀ ਉੱਥੇ ਮਰੇ ਸੀਗੇ ਅਸੀਂ ਇਹ ਨਹੀਂ ਕਹਿੰਦੇ 6 ਜੂਨ ਨੂੰ ਉੱਥੇ ਵੀ ਸਾਡੇ ਹਿੰਦੂ ਨੇ ਕਿਹਦੇ ਵੱਲੋਂ ਕੀਤਾ ਗਿਆ ਸੀ ਹਾਂਜੀ ਕਿਹਦੇ ਵੱਲੋਂ ਕੀਤਾ ਗਿਆ ਸੀ ਕਤਲੇਆਮ ਇਹ ਸਰਕਾਰਾਂ ਵੱਲੋਂ ਭਾਜੀ ਜੇ ਲਾ ਲਓ ਜਾਂ ਕਿਸੇ ਵੀ ਵੀ ਲਾ ਲਓ ਠੀਕ ਆ ਜੇ ਕਤਲੇਆਮ ਤਾਂ ਹੋਇਆ ਨਾ ਉੱਥੇ ਜੇ ਉਗਰਵਾਦ ਦੇ ਉਗਰਵਾਦ ਨੂੰ ਨੱਥ ਪਾਉਣ ਵਾਸਤੇ ਲਾ ਲਓ ਠੀਕ ਆ ਜੇ ਤੁਸੀਂ ਉਗਰਵਾਦ ਦੇ ਨੱਥਪਾਨ ਨੂੰ ਆਪਾਂ ਕਹਿੰਦੇ ਹਾਂ ਉਗਰਵਾਦ ਦੇ ਨੱਥਪਾਨ ਨੂੰ ਤੇ ਉੱਥੇ ਛੇ ਹਿੰਦੂ ਵੀ ਮਰੇ ਸੀਗੇ ਅਸੀਂ ਤਾਂ ਇਹ ਕਹਿੰਦੇ ਜੇ 6 ਜੂਨ ਨੂੰ ਪ੍ਰੋਗਰਾਮ ਕਰਨਾ ਵਾ ਕੋਈ ਵੀ ਉਹ ਵੀ ਕਰਦੇ ਨੇ ਵਿੱਚ ਹਿੰਦੂਆਂ ਦਾ ਉੱਥੇ ਫੋਟੋਆਂ ਲਾਈਆਂ ਜਾਂ ਜਿਹੜੇ ਸ਼ਹੀਦ ਹੋਏ ਨੇ ਅਸੀਂ ਵੀ ਜਾ ਕੇ ਉੱਥੇ ਜੇ ਆਪਾਂ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਇਕੱਠਾ ਵਾ ਠੀਕ ਆ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਇਕੱਠਾ ਵਾ ਇਹ ਵਡਾਵਾ ਪਤਾ ਕੌਣ ਲੋਕ ਦੇ ਰਹੇ ਨੇ ਜਿਹੜੇ ਉਗਰਵਾਦ ਨੂੰ ਵਡਾਵਾ ਦੇਣਾ ਚਾਹੁੰਦੇ ਨੇ ਉਗਰਵਾਦ ਬਣਾਉਣਾ ਚਾਹੁੰਦੇ ਨੇ ਤੁਸੀਂ ਦੇਖਿਆ ਹੋਊਗਾ ਥੋੜੇ ਦਿਨ ਪਹਿਲਾਂ ਜਦੋਂ ਅਮ ਤੇ ਗੁਰੂ ਗ੍ਰੰਥ ਸਾਹਿਬ ਉੱਥੇ ਦੇਖੋ ਤੁਸੀਂ ਉੱਥੇ ਆਪਣੇ ਪੁਲਸ ਸੀਗੇ ਸਿੱਖ ਸੀਗੇ ਠੀਕ ਆ ਉਹਨਾਂ ਨੇ ਆਪਣੇ ਮੂੰਹ ਤੇ ਕਿਰਪਾਨਾਂ ਖਾ ਲਈਆਂ ਦਾਤ ਖਾ ਲਈ ਹਰ ਚੀਜ਼ ਖਾ ਲਈ ਪਰ ਉਹਨਾਂ ਨੇ ਵਿਰਧ ਵੀ ਨਹੀਂ ਕੀਤੀ ਉਹਨਾਂ ਨੇ ਪੂਰਾ ਸਤਿਕਾਰ ਕੀਤਾ ਉਹਨੂੰ ਕਹਿੰਦੇ ਸਿੱਖ ਪੈਚਾਰਾ ਜਿਹੜੇ ਭੜਕਾਂਦੇ ਆ ਜਿਹੜੇ ਇਹ ਚੀਜ਼ਾਂ ਨੂੰ ਕਰਦੇ ਆ ਉਹ ਗੁਰਵਾਦ ਨੂੰ ਬढ़ावा ਦਿੰਦੇ ਆ ਤੁਸੀਂ ਜੇ ਕਹਿ ਦੋ ਹਾਂ ਵੀ ਉਹ ਗੁਰਵਾਦ ਨੂੰ ਬढ़ावा ਕੌਣ ਦਿੰਦੇ ਇਹ ਛੋਟੇ ਲੋਕ ਦਿੰਦੇ ਆ ਹੁਣ ਪੰਨੂ ਵਰਗਾ ਲਾ ਲਓ ਇੱਥੇ ਆ ਕੇ ਬਿਆਨ ਦੇ ਦਿੰਦਾ ਠੀਕ ਆ ਫਿਰ ਮੁੜ ਕੇ ਕੋਈ ਦੇਖਦਾ ਵੀ ਹੈ ਨਹੀਂ ਜਦੋਂ ਕੋਈ ਚੀਜ਼ ਹੁੰਦੀ ਆ ਹਰ ਉਹ ਤੁਸੀਂ ਇਹ ਪੰਨੂ ਕਦੇ ਵੀ ਟਾਰਗੇਟ ਕਰੂਗਾ ਹਿੰਦੂਆਂ ਨੂੰ ਕਰੂਗਾ ਉਹਨੇ ਕਦੇ ਕਿਸੇ ਹੋਰ ਨੂੰ ਟਾਰਗੇਟ ਕਰਦਾ ਦੇਖਿਆ ਤੁਹਾਡੇ ਵੱਲੋਂ ਵੀ ਤਹੀ ਕੀਤਾ ਜਾਂਦਾ ਫਿਰ ਭਾਜੀ ਕਿਸੇ ਨਾ ਕਿਸੇ ਨਾਲ ਤਾਂ ਜਵਾਬ ਦੇਣਾ ਨਾ ਤੁਸੀਂ ਮੰਨਦੇ ਹੋ ਨਾ ਕਿਸੇ ਨਾ ਕਿਸੇ ਨੂੰ ਤਾਂ ਜਵਾਬ ਦੇਣਾ ਪਊਗਾ ਨਾ ਮੈਂ ਨਹੀਂ ਦਊਗਾ ਕੋਈ ਹੋਰ ਦੇ ਦਊਗਾ ਹਿੰਦੂ ਜਵਾਬ ਤਾਂ ਦੇਣਾ ਹੀ ਪਊਗਾ ਕੱਲ ਨੂੰ ਤੁਸੀਂ ਵੀ ਹਿੰਦੂ ਤੁਹਾਨੂੰ ਵੀ ਜਵਾਬ ਦੇਣਾ ਚਾਹੀਦਾ ਜਵਾਬ ਤਾਂ ਭਾਜੀ ਦੇਣਾ ਪੈਂਦਾ ਵਾ ਆਪਣਾ ਜੇ ਤੁਸੀਂ ਕਹਿ ਦਿੰਦੇ ਹੋ ਹਾਂ ਵੀ ਜਿਹੜੇ ਇਹ ਲੋਕ ਜਿਹੜੇ ਉਗਰਵਾਦ ਨੂੰ ਬढ़ावा ਦਿੰਦੇ ਆ ਜੇ ਇਹਨਾਂ ਨੂੰ ਆਪਾਂ ਲੋਕ ਨਾਥ ਨਹੀਂ ਪਾਵਾਂਗੇ ਪੁਲਿਸ ਪ੍ਰਸ਼ਾਸਨ ਦੀ ਆਪਾਂ ਮੰਗ ਕਰਦਾ ਸਭ ਤੋਂ ਪਹਿਲਾਂ ਇਹਨਾਂ ਨੂੰ ਨਾਥ ਪਾਈ ਜਾਵੇ ਕਿਸ ਕੀਮਤ ਤੇ ਕਿਸ ਕੀਮਤ ਤੇ ਚਾਹੇ ਉਹਦੇ ਲਈ ਆਪਾਂ ਨੂੰ ਕਿਸੇ ਬੇਗੁਨਾ ਦੀ ਜਾਨ ਵੀ ਲੈਣੀ ਪਵੇ ਭਾਜੀ ਬੇਗੁਨਾ ਦੀ ਜਾਨ ਇੱਕ ਮਿੰਟ ਤੁਸੀਂ ਮੰਨਦੇ ਹੋ ਜਦੋਂ ਹੁਣ ਇੱਥੇ ਕੋਈ ਵੀ ਕਾਂਡ ਹੁੰਦਾ ਵਾ ਉਥੇ Hindu ਨਹੀਂ ਮਰਦਾ ਮਰਦਾ ਨਾ Hindu ਠੀਕ ਆ ਇਨਸਾਨ ਨੂੰ ਤੁਸੀਂ ਇਨਸਾਨ ਨੂੰ ਕਿਹਨੇ ਹੱਕ ਦਿੱਤਾ ਵਾ ਆਪਾਂ ਫਲਾਣੇ ਬੰਦੇ ਨੂੰ ਜੇ ਕੋਈ ਕਰਮ ਕਰਦਾ ਉਹਦੇ ਵਾਸਤੇ ਕਾਨੂੰਨ ਬਣਿਆ ਕਿਹੜੀ ਘਟਨਾ ਬਾਰੇ ਗੱਲ ਕਰ ਰਹੇ ਹੋ ਤੁਸੀਂ ਪਟਿਆਲੇ ਦੇਖੋ ਇੱਕ ਕਟੜਾ ਹੋਈ ਹੈ ਕੁੜੀ ਨਾਲ ਜਿਹੜੀ ਗੋਲੀ ਮਾਰੀ ਗਈ ਅਸੀਂ ਕਹਿੰਦੇ ਜੇ ਉਹਨੇ ਕੀਤਾ ਵਾ ਠੀਕ ਹੈ ਉੱਥੇ दारू ਪਿੰਦੀ ਪਈ ਸੀ ਉਹਨੂੰ ਉਹਨੂੰ ਪੁਲਿਸ ਉਹ ਫੜਾਉਂਦੇ ਗੋਲੀ ਮਾਰਨ ਦਾ ਇਨਸਾਨ ਨੂੰ ਕਿਸੇ ਨੂੰ ਹੱਕ ਨਹੀਂ ਹੈ ਕਿਸੇ ਦੇ ਧਾਰਮਿਕ ਸਥਾਨ ਤੇ ਜਾ ਕੇ ਸ਼ਰਾਬ ਪੀਣੀ ਬੈਠ ਕੇ ਸੋਗੜ ਗੰਡੇ ਲੋਕਾਂ ਦੀ ਆਸਥਾ ਜੁੜੀ ਹੈ ਲੋਕੀ ਉੱਥੇ ਆਪਣੇ ਦੁੱਖ ਰੋਗ ਖਤਮ ਕਰਨ ਜਾਂਦੇ ਨੇ ਉੱਥੇ ਬੈਠ ਕੇ ਸ਼ਰਾਬ ਪੀਣੀ ਤੇ ਤੁਹਾਨੂੰ ਲੱਗਦਾ ਕਿ ਕਿਸੇ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਇਆ ਜਾਊਗਾ ਹਾਂਜੀ ਹੁਣ ਬਾਕੀ ਤੁਸੀਂ ਕੋਈ ਬਰਦਾਸ਼ਤ ਕਰੂਗਾ ਹੁਣ ਤੁਸੀਂ ਗੁਰਦੁਆ ਉਸ ਕਾਦੇ ਲਈ ਬਣੀ ਆ ਪੁਲਿਸ ਨੂੰ ਵੀ ਤਾਂ ਦੱਸਣਾ ਹੁਣ ਇਹ ਆਪਾਂ ਨੂੰ ਕਿਸੇ ਨੇ ਹੱਕ ਕਿਹੜਾ ਦਿੱਤਾ ਵਾ ਗੋਲੀ ਮਾਰਨ ਦਾ ਜੀ ਚਲੋ ਆਪਾਂ ਮੰਨ ਲਏ ਠੇਸ ਪਹਚਾਤੀ ਤੇ ਆਪਾਂ ਗੋਲੀ ਮਾਰਨ ਦਾ ਵੀ ਹੱਕ ਕਿਹਨੇ ਦਿੱਤਾ ਆਪਾਂ ਪਰਮਾਤਮਾ ਬਣ ਗਏ ਆਪਾਂ ਸਿੱਧਾ ਹੀ ਦੇ ਦਿੱਤਾ ਹਾਂ ਵੀ ਆਪਾਂ ਜੇ ਹੁਣ ਚਲੋ ਗੁਰੂ ਗ੍ਰੰਥ ਸਾਹਿਬ ਲਾ ਲਓ ਠੀਕ ਆ ਪਰਮਾਤਮਾ ਬਣ ਗਏ ਆਪਾਂ ਸਿੱਧਾ ਹੀ ਆਰਡਰ ਦਿੱਤਾ ਗੋਲੀ ਮਾਰ ਦਿਓ ਜੀ ਇਹ ਕਿੱਥੇ ਦਾ ਆਰਡਰ ਆ ਇਹ ਨਹੀਂ ਹੁੰਦਾ ਪਰ ਆਰਡਰ ਅੱਗੇ ਵੀ ਕਾਨੂੰਨ ਜੇ ਤੂੰ ਕਾਨੂੰਨ ਦੀ ਗੱਲ ਕਰਦੇ ਹੋ ਸਰਕਾਰਾਂ ਵੱਲੋਂ ਅੱਗੇ ਵੀ ਬੜੇ ਆਰਡਰ ਦਿੱਤੇ ਗਏ ਨੇ ਜੇ ਜੀ ਤੁਸੀਂ 6 ਜੂਨ ਦੇ ਪ੍ਰੋਗਰਾਮ ਕਰਨ ਦੀ ਗੱਲ ਕਰਦੇ ਹੋ ਸਰਕਾਰ ਦੇ ਆਰਡਰ ਤੇ ਹੀ ਗੋਲੀ ਚਲਾਈ ਗਈ ਸੀ ਜਲਿਆਂ ਵਾਲੇ ਬਾਗ ਤੇ ਉਹਦੇ ਵਿੱਚ ਫਰਕ ਕੀ ਸੀਗਾ ਨਾ ਭਾਜੀ ਉਹਦੇ ਵਿੱਚ 6 ਜੂਨ 'ਚ ਜੇ ਉੱਥੇ ਗੋਲੀ ਚਲਾਈ ਗਈ ਆ ਤੁਸੀਂ ਉਹਦੇ ਵਿੱਚ ਧਿਆਨ ਨਾ ਦੇਖਿਓ ਉੱਥੇ Hindu ਮੈਂ ਫੇਰ ਬਾਰ-ਬਾਰ ਇਹੀ ਗੱਲ ਕਹਿ ਰਿਹਾ ਉੱਥੇ Hindu ਵੀ ਤਾਂ ਮਰਦੇ ਆ ਹਰ ਧਰਮ ਦੇ ਲੋਕ ਮਰੇ ਨੇ ਲੇਕਿਨ ਸੰਵਿਧਾਨ ਨੇ ਇਹਦੀ ਇਜਾਜ਼ਤ ਨਹੀਂ ਦਿੰਦਾ ਸੰਵਿਧਾਨ ਕਹਿੰਦਾ ਸੋ ਗੁਨੇ ਗੱਲ ਛੱ ਤੇ ਉੱਥੇ ਬੇਗੂਨਾ ਮਰੇਆ ਤੇ ਹਰ ਚੀਜ਼ ਨੂੰ ਉੱਥੇ 6 ਜੂਨ ਨੂੰ ਜਿਹੜਾ ਪ੍ਰੋਗਰਾਮ ਲਾਇਆ ਜਾਂਦਾ ਵਾ ਠੀਕ ਹੁਣ 11ਵੇਂ ਗੁਰੂ ਦੀ ਆਪਾਂ ਕਿਸ ਨੂੰ ਦੇ ਦਾਨ ਨੇ ਹਾਂਜੀ 11ਵੇਂ ਗੁਰੂ ਦੀ ਆਪਾਂ ਇਨਸਾਨ ਨੂੰ ਥੋੜੀ 11ਵੇਂ ਗੁਰੂ ਬਣਾ ਸਕਦੇ ਪਿੰਡਰਾਲੇ ਦੇ ਚਲੋ ਉਗਰਵਾਦ ਜਿਹੜਾ ਫਲਾਉਂਦਾ ਵਾ ਆਪਾਂ ਉਹਦੇ ਲਈ ਤਾਂ ਮੋਤ ਬਣੀ ਹੈ ਨਾ ਹੁਣ ਜਿਹੜਾ ਅਮਰਤਪਾਲ ਆ ਠੀਕ ਆ ਇਹ ਵੀ ਉਗਰਵਾਦੀ ਫਲਾ ਰਿਹਾ ਸੀਗਾ ਇਹ ਤੇ ਐਨਐਲਐ ਐਨਐਸਆਈ ਲਾ ਕੇ ਭੇਜਤਨ ਕਾਨੂੰਨ ਕਾਦੇ ਲਈ ਬਣਿਆ ਕਾਨੂੰਨ ਦੇ ਹੱਦ ਦੇ ਵਿੱਚ ਰਹਿ ਕੇ ਕਰਨ ਅਸੀਂ ਤਾਂ ਇਹ ਕਹਿੰਨੇ ਉਗਰਵਾਦ ਨਾ ਫਲਾਵ ਹਿੰਦੂ ਜਿਹੜਾ ਸਿੱਖ ਦਾ ਭਾਈਚਾਰਾ ਵਾ ਹਮੇਸ਼ਾ ਬਣਿਆ ਰਵੇ ਇਹ ਕੋਈ ਅੱਜ ਦਾ ਨਹੀਂ ਬਣਿਆ ਹੋਇਆ ਜਦੋਂ ਪਾਕਿਸਤਾਨ ਤੋਂ ਲੋਕੀ ਆਏ ਸੀ ਉਦੋਂ ਸਿੱਖਾਂ ਦੇ ਵੀ ਸਾਰੇ ਹਿੰਦੂ ਭਾਈਚਾਰਾ ਸੀਗਾ ਜਦੋਂ ਕੋਈ ਵੀ ਕੰਮ ਹੁੰਦਾ ਹਿੰਦੂ ਸਿੱਖ ਭਾਈਚਾਰਾ ਇਕੱਠਾ ਬਰਬਰ ਖੜਦਾ ਅਸੀਂ ਤਾਂ ਕਹਿੰਨੇ ਹਮੇਸ਼ਾ ਨਾਲ ਖੜਨੇ ਇੱਕ ਹਿੰਦੂ ਸਿੱਖ ਭਾਈਚਾਰਾ ਜੇ ਬਰਬਰ ਖੜੂਗਾ ਤਾਂ ਹੀ ਕੋਈ ਹੋਊਗਾ ਉਗਰਵਾਦ ਨੂੰ ਇਹ ਵੀ ਬੋਲਣ ਅਸੀਂ ਵੀ ਬੋਲਦੇ ਆ ਇਹ ਵੀ ਜੇ ਉਗਰਵਾਦ ਦੇ ਖਿਲਾਫ ਉਗਰਵਾ ਨੂੰ ਬਣਾਵਾ ਕੌਣ ਦਿੰਦਾ ਇਹ ਲੋਕ ਦਿੰਦੇ ਨੇ ਠੀਕ ਹੈ ਅਮਰ ਤੁਸੀਂ ਕਹਿ ਦਿੰਦੇ ਹੋ ਅਮਰ ਉਹਦੇ 10 ਗਨ ਮੈਂ ਸੀ ਉਹਦੇ ਪਿੱਛੇ ਹੈਗੇ ਸੀ ਨਾ ਜੋ ਬੰਦੂਕਾਂ ਵਾਲੇ ਤੇ ਆ ਸਾਡੇ ਏਜੰਸੀਆਂ ਨੂੰ ਵੀ ਦਿਖਦਾ ਕਿ ਤੁਹਾਨੂੰ ਇਸ ਤਰ੍ਹਾਂ ਦਿਖਦਾ ਪਿਆ ਵਾ ਜਿਨ੍ਹਾਂ ਕੋ ਲਾਇਸੈਂਸ ਸੀਗੇ ਬੰਦੂਕਾਂ ਦੇ ਉਹ ਲਾਇਸੈਂਸ ਰੱਦ ਕਰ ਦਿੱਤੇ ਕਿ ਬਾਕੀਆਂ ਨਹੀਂ ਸ਼ਾਨਭੇ ਏਜੰਸੀਆਂ ਨੇ ਕੀਤੀ ਹੈ ਤੇ ਜੋ ਬੰਦੀ ਕਾਰਵਾਈ ਸੀਗੇ ਅਮਲ ਵਿੱਚ ਲਿਆਂਦੀ ਗਈ ਅਸੀਂ ਕਿਸੇ ਦੇ ਖਿਲਾਫ ਬੋਲਦੇ ਹਾਂ ਨਾ ਸਾਨੂੰ ਆਉਂਦੀਆਂ ਧਮਕੀਆਂ ਉਦੋਂ ਏਜੰਸੀਆਂ ਤੁਸੀਂ ਕਹਿ ਦਿੰਦੇ ਨੇ ਏਜੰਸੀਆਂ ਏਜੰਸੀਆਂ ਨੂੰ ਦਿਖਦਾ ਏਜੰਸੀਆਂ ਨੇ ਦਿਖਦਾ ਹੁੰਦਾ ਮੈਨੂੰ ਆ ਪਿੱਛੇ ਜੇ ਧਮਕੀਆਂ ਆ ਤਾਂ ਮੈਂ ਹੁਣ ਵੀ ਦੱਸਾ ਦਿੰਦਾ ਨਾ ਮੈਂ ਥਾਣੇ ਵੀ ਜਿਹੜੇ ਲੋਕਲ ਨੰਬਰ ਨੇ ਠੀਕ ਆ ਉਹਨਾਂ ਤੋਂ ਵੀ ਧਮਕੀਆਂ ਆ ਰਹੀਆਂ ਉਦੋਂ ਪੁਲਿਸ ਪ੍ਰਸ਼ਾਸਨ ਸਾਡੀ ਕਿਉਂ ਨਹੀਂ ਸੁਣਦਾ ਫਿਰ ਸਾਡੇ ਤੇ ਮੈਂ ਹਾਂ ਨਾ ਮੈਂ ਕਹਿੰਦਾ ਮਾਵਾ ਪੈਣਾਂ ਦੀਆਂ ਗਾਲਾਂ ਕੱਢਦੇ ਆ ਉਹ ਕੌਣ ਕੱਢਦਾ ਹਿੰਦੂ ਸਿੱਖ ਭਾਈਚਾਰਾ ਨਹੀਂ ਕੱਢਦਾ ਉਹ ਗਾਲ ਕੱਢਦੇ ਉਗਰਵਾਦ ਨੂੰ ਵਡਾਵਾ ਦੇਣ ਵਾਲੇ ਜੇ ਹਿੰਦੂ ਸਿੱਖ ਭਾਈਚਾਰਾ ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗ ਗਿਆ ਠੀਕ ਆ ਇਦਾਂ ਸਾਰੇ ਆਪਣੇ ਜੀ ਗਲੀ 'ਚ ਆਪਾਂ ਰਹਿੰਦੇ ਆ ਕਟੋਕਟ 10 ਸਿੱਖ ਨੇ ਅਸੀਂ ਭਾਈਚਾਰਾ ਸਾਡਾ ਕਾਇਮ ਆ ਤੇ ਗਾਲਾਂ ਕੌਣ ਕੱਢਦੇ ਛੋਟੇ ਜਿਹੇ ਲੋਕ ਤੇ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਬਿਆਨਵਾਜੀ ਕਰਕੇ ਹੁੰਦਾ ਹੈ ਸਭ ਕੁਝ ਭਾਜੀ ਬਿਆਨਵਾਜੀ ਕਰਕੇ ਜੇ ਬਿਆਨਵਾਜੀ ਕਰਕੇ ਹੁੰਦਾ ਹੋਵੇ ਤੇ ਅਸੀਂ ਵੀ ਤਾਂ ਹੁਣ ਤੁਸੀਂ ਆਪਣੇ ਜਥੇਦਾਰ ਸਾਹਿਬ ਲਾ ਲਓ ਉਹ ਬਿਆਨ ਦਿੰਦੇ ਆ ਠੀਕ ਆ ਉਹ ਵੀ ਤਾਂ ਇਹੀ ਕਹਿੰਦੇ ਨੇ ਜਿਹੜਾ ਕੋਈ ਗਲਤ ਆ ਤੇ ਉਹਨੂੰ ਗਲਤੀ ਕਿਹਾ ਜਾਊਗਾ ਠੀਕ ਹੈ ਨਾ ਜਿਹੜਾ ਗਰੰਥ ਸਾਹਿਬ ਜੀ ਉਹਨਾਂ ਨੇ ਕਿਹਾ ਗਲਤ ਆ ਠੀਕ ਉਹਨਾਂ ਨੇ ਬਿੜਾਵਾ ਤਾਂ ਨਹੀਂ ਨਾ ਦਿੱਤਾ ਇਦਾਂ ਹੀ ਅਸੀਂ ਲੋਕ ਅਸੀਂ ਵੀ ਕਿਸੇ ਨੂੰ ਦੱਸਾਂਗੇ ਤਾਂ ਹੀ ਪਤਾ ਲੱਗੂਗਾ ਜੇ ਅਸੀਂ ਕਿਸੇ ਨੂੰ ਦੱਸਦੇ ਆ ਤੇ ਸਾਨੂੰ ਗੱਲਾਂ ਪੈਣ ਲੱਗ ਜਾਂਦੀਆਂ ਜੇ ਹੋਰ ਕੋਈ ਬੋਲੇ ਉਗਰਵਾ ਦੇ ਉਹਨੂੰ ਬੋਲਦਾ ਨਹੀਂ ਲੋ ਅਸੀਂ ਜੇ ਕਿਸੇ ਔਰਵਾਦ ਦੇ ਖਿਲਾਫ ਬੋਲਦੇ ਆ ਸਾਡੇ ਮਾਵਾ ਮਾਵਾਂ ਪੈਣਾ ਦੀਆਂ ਗਾਲਾਂ ਸਾਰੇ ਟੱਬਰਾਂ ਨੂੰ ਗਾਲਾਂ ਠੀਕ ਆ ਜੀ ਸਾਨੂੰ ਫੋਨਾਂ 'ਤੇ ਧਮਕੀਆਂ ਇਹ ਕਿੱਥੇ ਦਾ ਸੂਰ ਅਸੀਂ ਫਿਰ ਇਸ ਦਾ ਮਤਲਬ ਅਸੀਂ ਗਾਲਾਂ ਕਿ Hindu ਲੋਕ ਗਾਲਾਂ ਗਾਲ ਨੂੰ ਜੰਮੇ ਆ ਠੀਕ ਆ ਨਾ ਹਰ ਗੱਲ ਤੇ ਹਰ ਗੱਲ ਤੇ Hindu ਹਰ ਗੱਲ ਤੇ Sikh ਆਪਾਂ ਇੱਕ ਇਨਸਾਨ ਦੇ ਅਧਿ ਤੌਰ ਤੇ ਵੀ ਆਪਣਾ ਕੋਈ ਨਜ਼ਰੀਆ ਪੇਸ਼ ਕਰ ਸਕਦੇ ਆ ਸਮਾਜ ਮੂੜੇ ਕਿ ਨਹੀਂ ਭਾਜੀ ਇਹ ਇਨਸਾਨੀਅਤ ਵੀ ਜੇ ਆਪਾਂ ਜੰਮੇ ਆ ਦੁਨੀਆ ਦੇ ਵਿੱਚ ਕਿੰਨੀਆਂ ਜਤਾ ਢਾਈ ਜਤਾ ਵਾ ਠੀਕ ਆ ਨਾ ਜੇ ਹਰ ਕੋਈ ਠੇਕੇਦਾਰ ਹਰ ਚੀਜ਼ ਦਾ ਹੁੰਦਾ ਵਾ ਹੋ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਉਹ ਢਾਈ ਜਾਂਦਾ ਕਿਹੜੀਆਂ ਹੁੰਦੀਆਂ ਵਾ ਠੀਕ ਹੈ ਨਾ ਆਪਾਂ ਨੇ ਔਰਤ ਮਰਦ ਤੇ ਛੱਕਾ ਠੀਕ ਹੈ ਉਹਦੇ ਵਿੱਚ ਕੀ ਮੰਨਿਆ ਜਾਂਦਾ ਸਭ ਤੋਂ ਵੱਡੀ ਹੈ ਇਨਸਾਨੀਅਤ ਇਨਸਾਨੀਅਤ ਆਪਾਂ ਕਹਿੰਦੇ ਨੇ ਇਨਸਾਨੀਅਤ ਇਨਸਾਨੀਅਤ ਦੇ ਵਿੱਚ ਅਸੀਂ ਬੋਲਦੇ ਹਾਂ ਜਦੋਂ ਅਸੀਂ ਉਗਰਵਾਦ ਦੇ ਖਿਲਾਫ ਬੋਲਦੇ ਹਾਂ ਅਸੀਂ ਕਿਸੇ ਦੇ ਖਿਲਾਫ ਥੋੜੀ ਬੋਲਦੇ ਹਾਂ ਇਹ ਜਿਹੜੇ ਇੰਨੇ-ਇੰਨੇ ਕਾਂਡ ਹੋ ਰਹੇ ਆ ਅਸੀਂ ਉਗਰਵਾਦ ਦੇ ਖਿਲਾਫ ਬੋਲੇ ਆ ਅਸੀਂ ਜਦੋਂ ਕਚੈਰੀਆਂ 'ਚ ਕਾਂਡ ਹੋਇਆ ਸੀ ਅਸੀਂ ਉਦੋਂ ਵੀ ਉਗਰਵਾਦ ਦੇ ਖਿਲਾਫ ਬੋਲੇ ਸੀ ਉਗਰਵਾਦ ਦੇ ਖਿਲਾਫ ਬੋਲਣਾ ਕੋਈ ਗੁਨਾਹ ਨਹੀਂ ਹੈਗਾ ਭ ਇੱਕ ਪਾਸੇ ਤੁਹਾਨੂੰ ਕਾਨੂੰਨ ਤੇ ਭਰੋਸਾ ਹੈ ਇੱਕ ਪਾਸੇ ਤੁਹਾਨੂੰ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਹੈ ਫਿਰ ਤੁਸੀਂ ਉਗੜਵਾਦੀ ਫਿਕਰ ਕਿਉਂ ਕਰਦੇ ਹੋ ਏਜੰਸੀਆਂ ਬੈਠੀਆਂ ਨੇ ਭਰੋਸਾ ਮੈਂ ਤੁਹਾਨੂੰ ਦੱਸਦਾ ਭਰੋਸਾ ਕਿਹਦੇ ਲਈ ਆ ਉਹ ਲੋਕਾਂ ਲਈ ਜਿਹੜੇ ਉਦਾਰਵਾਦ ਜਿਹੜੇ ਫਲਾਣ ਸਾਨੂੰ ਅਸੀਂ ਕੋਈ ਬਿਆਨ ਦਿੰਨੇ ਆ ਸਾਨੂੰ ਨਾਲ ਹੀ ਸਾਰੇ ਕਹਿ ਦੂਗੇ ਹਾਂਜੀ ਤੁਸੀਂ ਆਜੋ ਸਾਡੇ ਤੇ ਜਦੋਂ ਗਾਲ੍ਹਾਂ ਕੱਢੀਆਂ ਜਾਂਦੀਆਂ ਮਾਵਾ ਭੈਣਾਂ ਦੀਆਂ ਅਸੀਂ ਕੰਪਲੀਟਾ ਦਿੰਨੇ ਆ ਉਹਦੇ ਤੇ ਕੋਈ ਸੁਣਵਾਈ ਨਹੀਂ ਹੁੰਦੀ ਇਹ ਚੀਜ਼ ਨੂੰ ਮੰਨਦੇ ਹੋ ਨਾ ਆ ਫਿਰ ਅਸੀਂ ਲੋਕ ਕਿੱਥੇ ਜਾਈਏ ਅਸੀਂ ਤਾਂ ਮੀਡੀਆ ਦਾ ਸਾਰਾ ਲੈਣਾ ਨਾ ਜੇ ਅਸੀਂ মিডিਆ ਦਾ ਸਹਾਰਾ ਨਹੀਂ ਲਵਾਂਗੇ ਸਾਨੂੰ ਕੋਈ মিডিਆ ਦਾ ਸਹਾਰਾ ਨਹੀਂ ਮਿਲੂਗਾ ਤੇ ਸਾਨੂੰ ਤਾਂ ਫਿਰ ਹਰ ਕੋਈ ਕਹਿ ਦੂਗਾ ਹੋਰ ਵਾਰੀ ਆ ਕੇ ਸਾਨੂੰ ਕੋਈ ਨਾ ਕੋਈ ਆ ਕੇ ਗੋਲੀ ਮਾਰ ਜੂਗਾ ਸਾਨੂੰ ਜਦੋਂ ਗਾਲਾਂ ਕੋਈ ਕੱਢਦਾ ਅਸੀਂ ਆ মিডিਆ ਨੂੰ ਕਿਉਂ ਬੁਲਾਣੇ ਆ ਤੁਹਾਨੂੰ ਸੱਚ ਦੱਸਣ ਵਾਸਤੇ ਲੋਕਾਂ ਨੂੰ ਸਾਨੂੰ ਦੇਖੋ ਜੀ ਗਾਲਾਂ ਆ ਰਹੀਆਂ ਵਾ ਉਹਦੇ ਵਿੱਚ ਵੀ ਲਿਖਿਆ ਜਾਂਦਾ ਵਾ ਨੀਚੇ ਕਮੈਂਟਾਂ ਦੇ ਵਿੱਚ ਹਾਂ ਜੀ ਆ ਦੇਖੋ ਜੀ ਗਨਮੈ ਨਾ ਕਰਕੇ ਕਰਦੇ ਪਏ ਆ ਅਕਸਰ ਲੋਕ ਕਹਿੰਦੇ ਨੇ ਕਿ ਅਕਸਰ ਲੋਕ ਕਹਿੰਦੇ ਨੇ ਕਿ ਤੁਹਾਡੇ ਵੱਲ ਇਹ ਸਟੰਡ ਖੇਡੇ ਜਾਂਦੇ ਨੇ ਤਾਂ ਕਿ ਪ੍ਰਸ਼ਾਸਨ ਨੂੰ ਬਲੈਕਮੇਲ ਕਰਕੇ ਆਪਾਂ ਆਪਣੀ ਸਿਕਿਉਰਿਟੀ ਵਧਾ ਸਕੀਏ ਜਾਂ ਗਨਮੈਨ ਲੈ ਸਕੀਏ। ਭਾਜੀ 15 ਸਾਲ ਤੋਂ ਅਸੀਂ ਸੇਵਾ ਕੀਤੀ ਸ਼ੇਰਸਨਾ ਦੀ। ਅਸੀਂ ਕਦੀ ਗਨਮੈਨਾਂ ਵਾਸਤੇ ਕਦੀ ਭੱਜੇ ਨਹੀਂ ਹੈਗੇ। ਠੀਕ ਹੈ ਜੇ ਅਸੀਂ ਸਟੰਟ ਕਰਦੇ ਆਂ ਆ ਪਿੱਛੇ ਜੀ ਗੋਲੀ ਚੱਲੀ ਸੀ ਸਾਨੂੰ ਸਾਰਿਆਂ ਨੇ ਕਿਹਾ ਗਨਮੈਨ। ਅਸੀਂ ਲੋਕਾਂ ਨੇ ਸੱਚ ਨਹੀਂ ਨਾ ਦੇਖਿਆ। ਉਹ ਚੋਰ ਆਇਆ ਸੀ ਉਹਦੇ ਚੋਰ ਨੇ ਗੋਲੀ ਮਾਰੀ। ਲੋਕੀਂ ਪਤਾ ਕੀ ਕਹਿੰਦੇ ਸੀ? ਇਹਨਾਂ ਨੇ ਆਪਣੇ ਆਪ ਤੇ ਗੋਲੀ ਮਰਵਾਈ ਹੈ ਗਨਮੈਨਾਂ ਕਰਕੇ। ਸਾਈਕਲ ਤੇ ਆ ਕੇ ਚੋਰ ਗ ਮੰਦੇ ਨਾ ਜੀ ਨੂੰ ਬਿਲਕੁਲ ਸ਼ੁਕਰ ਹੈ ਕਿ ਸਾਈਕਲ ਤੇ ਆ ਕੇ ਚੋਰ ਗੋਲੀ ਮਾਰ ਕੇ ਇਸ ਗੱਲ ਨੂੰ ਮੰਨਦੇ ਹੋ ਤੁਸੀਂ ਇਸ ਗੱਲ ਨੂੰ ਦੂਸਰੀ ਗੱਲ ਨਾਲ ਨਹੀਂ ਜੋੜਿਆ ਕਿ ਸਾਡੇ ਤੇ ਉਹਨਾਂ ਨੇ ਹਮਲਾ ਕਰਦਾ ਜਿਹਨੇ ਬਿਆਨਬਾਦੀ ਦੀ ਹੋਇਆ ਤਾਂ ਸਾਡੇ ਦੁਸ਼ਮਣ ਬਣੇ ਨੇ ਅਸੀਂ ਕਿਸੇ ਨੂੰ ਕਿਉਂ ਟਾਰਗੇਟ ਕਰੀਏ ਅਸੀਂ ਟਾਰਗੇਟ ਤਾਂ ਕਰਾਂਗੇ ਜੇ ਸਾਡੇ ਬਾਰੇ ਕੋਈ ਬੋਲੂਗਾ ਅਸੀਂ ਤਾਂ ਉਗਰਵਾਦ ਦੇ ਖਿਲਾਫ ਆਂ ਉਗਰਵਾਦ ਦੇ ਖਿਲਾਫ ਜਦੋਂ ਸਾਨੂੰ ਧਮਕੀਆਂ ਆਉਂਦੀਆਂ ਅਸੀਂ ਤਾਂ ਫਿਰ ਉਦੋਂ ਹੀ ਸੋਚਾਂਗੇ ਜਦੋਂ ਧਮਕੀਆਂ ਨਹੀਂ ਆਉਂਦੀਆਂ ਅਸੀਂ ਅਸੀਂ ਕੋਈ ਬੋਲੇ ਨਹੀਂ ਹੈਗੇ ਲekin ਤੁਸੀਂ ਕਿਸੇ ਦੀ ਆਸਤਾ ਦੇ ਖਿਲਾਫ ਬੋਲਦੇ ਹੋ ਉਹ ਵੀ ਉਸ ਦਿਨ ਦਾ ਪ੍ਰੋਗਰਾਮ ਰੱਖਦੇ ਹੋ ਜਿਸ ਦਿਨ ਕਿਸੇ ਨੂੰ ਠੀਕ ਹੈ ਪੁਰਾਣੇ ਜ਼ਖਮਾਂ ਨੂੰ ਘੇਰਦਣ ਦੀ ਕੋਸ਼ਿਸ਼ ਕਰਾਂਗੇ ਆਪਾਂ ਤਾਂ ਕਿਰਗਰ ਉਹਦੇ ਨਾਲ ਵਿਵਾਦ ਦਾ ਖੜਾ ਹੋ ਗਈ ਭਾਜੀ ਵਿਵਾਦ ਖੜਾ ਹੋਊਗਾ ਤੁਸੀਂ ਆਪਾਂ ਇਹ ਚੀਜ਼ ਗਲਤ ਦੱਸ ਦਿਓ ਮੈਨੂੰ ਜੇ ਕਿਸੇ ਦਾ ਹਿੰਦੂਆਂ ਜਿਵੇਂ ਕੋਈ ਆਪਣਾ ਸ਼ਹੀਦ ਹੋਇਆ ਜੇ ਉਹਦੇ ਵਾਸਤੇ ਆਪਾਂ ਕੋਈ ਪ੍ਰੋਗਰਾਮ ਕਰਦੇ ਆ ਉਹ ਆਸਤਾ ਵਾਸਤੇ ਥੋੜੀ ਹੁੰਦਾ ਉਹ ਤਾਂ ਸਭ ਦਾ ਅਸੀਂ ਇਕੱਠੇ ਕਰ ਲੈਣੇ ਆ ਤੁਸੀਂ ਉੱਥੇ ਫੋਟੋਆਂ ਲਾਣ ਹਿੰਦੂਆਂ ਦੀ ਅਸੀਂ ਵੀ ਜਾਵਾਂਗੇ ਅਸੀਂ ਜਿੰਨੇ ਆਪਣੇ ਜੱਥੇ ਦੇ ਅਸੀਂ ਜਿੰਨੇ ਬੰਦੇ 100 200 500 ਬੰਦਾ ਲੈ ਕੇ ਅਸੀਂ ਕਿਹਨਾਂ ਸ਼ਹੀਦਾਂ ਦੀ ਗੱਲ ਕਰਦੇ ਪਏ ਹਾਂ ਜਿਹੜੇ ਉੱਥੇ ਦਲਬਾਹਾ ਸਾਹਿਬ ਮੱਥਾ ਟੇਕਣ ਗਏ ਸੀ ਕਾਮਨ ਸੈਂਸ ਕਰਦਾ ਹਿੰਦੂ ਕਮਿਊਨਿਟੀ ਦੇ ਵੀ ਲੋਕ ਉੱਥੇ ਸਿਗੇ ਜੋ ਸ਼ਹੀਦ ਹੋਏ ਉਹਨਾਂ ਦੀ ਸ਼ਹੀਦਾਂ ਦੀ ਗੱਲ ਕਰਦੇ ਪਏ ਕਿ ਜਿਨ੍ਹਾਂ ਨੇ ਦਲਬਾਹਾ ਸਾਹਿਬ ਤੇ ਹਮਲਾ ਕੀਤਾ ਸੀ ਨਹੀਂ ਨਹੀਂ ਭਾਜੀ ਜਿਹੜੇ ਉੱਥੇ ਸ਼ਹੀਦ ਹੋਏ ਨੇ ਉੱਥੇ ਹਿੰਦੂ ਵੀ ਹੋਏ ਨੇ ਸਿੱਖ ਵੀ ਹੋਏ ਨੇ ਸ਼ਹੀਦ ਤਾਂ ਹੋਏ ਨੇ ਨਾ ਉਹਨਾਂ ਦੀਆਂ ਵੀ ਫੋਟੋਆਂ ਲਾਣਾ ਅਸੀਂ ਵੀ ਨਾਲ ਜਾਵਾਂਗੇ ਉਹਦੇ 'ਚ ਕੀ ਗੱਲ ਹੈ ਸ਼ਹੀਦ ਤਾਂ ਸ਼ਹੀਦ ਹਨ ਕੋਈ ਵੀ ਚੀਜ਼ ਲਾ ਲਓ ਬਿਲਕੁਲ ਵਾਕਈ ਅਸੀਂ ਤਾਂ ਸਭ ਤੋਂ ਇਹੀ ਮੰਗ ਮੰਗਦੇ ਹਾਂ ਕੋਈ ਵੀ ਜਿਹੜੇ ਉਗਰਵਾਰ ਨੂੰ ਬਿਆਨਵਾਜੀ ਕਰ ਜੇ ਅਸੀਂ ਲੋਗ ਪੜਕਾ ਜੇ ਅਸੀਂ ਪੜਕਾਨੇ ਆ ਅਸੀਂ ਕੋਈ ਗੱਲ ਬਿਆਨਵਾਜੀ ਕਰਦੇ ਆ ਠੀਕ ਆ ਤੁਸੀਂ ਨਾਲ ਹੀ ਦੇਖ ਲਿਓ ਤੁਸੀਂ ਕੋਲ ਨਾਲ ਸਾਡੀਆਂ ਦੇਖਿਓ ਕਿੰਨੇ ਚੈੱਕ ਕਰਿਓ ਕਿੰਨੀਆਂ ਗੱਲਾਂ ਹੁੰਦੀਆਂ ਬਿਲਕੁਲ ਜੇ ਅਸੀਂ ਕਿਸੇ ਦਾ ਸਹਾਰਾ ਲੈਣੇ ਆ ਜੇ ਅਸੀਂ ਬੋਲ ਸਕਦੇ ਹਾਂ ਉਹ ਜਾਣਨੇ ਆ ਤੁਸੀਂ ਕੰਪਲੀਟ ਦੋ ਅਸੀਂ ਚੈੱਕ ਕਰ ਲੈਨੇ ਆ ਜਿਵੇਂ ਹਲਾ 10 ਦਿਨ ਹੋ ਗਏ ਕੰਪਲੀਟਾ ਦਿੱਤੀਆਂ ਉਹਨੂੰ ਕੋਈ ਕਾਰਵਾਈ ਨਹੀਂ ਚਲੋ ਅਸੀਂ ਇਹ ਚੀਜ਼ ਨੂੰ ਨਹੀਂ ਮੰਨਦੇ ਸਭ ਤੋਂ ਵੱਡਾ ਗੱਲ ਮੰਨਦੇ ਆ ਸਾਨੂੰ ਕਿਉਂ ਗਾਲਾਂ ਕੱਢੀਆਂ ਜਾਂਦੀਆਂ ਕਾਰਵਾਈ ਕਾਰਵਾਈ ਨਾ ਕਰਨ ਪਿੱਛੇ ਕੀ ਕਾਰਨ ਸਮਝਦੇ ਹੋ ਤੁਸੀਂ ਐ ਇੰਨੀ ਟਿੱਲ ਕਿਉਂ ਪਾਈ ਜਾਂਦੀ ਹੈ ਤੁਹਾਡੀ ਰਖਾਸਤ से ਕਾਰਵਾਈ ਨਹੀਂ ਕੀਤੀ ਜਾਂਦੀ ਭਾਜੀ ਪਤਾ ਕੀ ਗੱਲ ਕਿਤੇ ਇਸ ਕਰਕੇ ਤਾਂ ਨਹੀਂ ਕਿ ਤੁਸੀਂ ਹਿੰਦੂ ਹੋ ਉਹ ਇਸ ਚੀਜ਼ ਨੂੰ ਕਿਉਂਕਿ ਹਰ ਗੱਲ ਨਾਲ ਤੁਸੀਂ ਜੋੜ ਲੈਂਦੇ ਹੋ ਨਾ ਕਿ ਅਸੀਂ ਹਿੰਦੂਆਂ ਤਾਂ ਕਰਕੇ ਉਹ ਸਰ ਪੁਲਿਸ ਅਧਿਕਾਰੀਆਂ ਵੀ ਤੁਹਾਡੇ ਨਾਲ ਤਾਂ ਹੀ ਬੋਤੇਲਾ ਪੰਨ ਕਰਦਾ ਕਿ ਤੁਸੀਂ ਹਿੰਦੂ ਹੋ ਪੁਲਿਸ ਅਧਿਕਾਰੀਆਂ ਵੀ ਇਹ ਸੱਤ ਦੱਸਦੀ ਹੈ ਸਾਦੇ ਆਪਣੇ ਵੱਲੋਂ ਮਾਂਚ ਸੋਚਦੀ ਹੈ ਕਿਤੇ ਗੱਨ ਵੰਨ ਦਾ ਸਟੈਂਟ ਖੇਡਦੇ ਪਏ ਆ ਠੀਕ ਹੈ ਨਾ ਪਰ ਜਦੋਂ ਹਕੀਕਤ ਤਾਂ ਸਾਡੇ ਅਸਟੇ ਕਹਿੰਦੇ ਜਿਹੜੇ ਅਸੀਂ ਨੰਬਰ ਆਂਦੇ ਉਹ ਤਾਂ ਟ੍ਰੇ ਦੇਖਿਆ ਜਾਵੇ ਜਿੱਤੇ ਤੱਕ ਮੈਨੂੰ ਨੋਲੇਜ ਹੋ ਕਿ ਸ਼ਾਇਦ ਇਸ ਤੋਂ ਵੱਧ ਹੀ ਹੋਣ ਗਿਆ ਕਿਤੇ ਨਾ ਕਿਤੇ ਸਾਬਿਤ ਵੀ ਹੋਇਆ ਕਿ ਕਿਸੇ ਨਾ ਕਿਸ ਨੇ ਜਿਵੇਂ ਕਿ ਆਪਣੇ ਖੰਨੇ ਵਾਲੇ ਮੰਤਰੀ ਨੇ ਆਪਣੇ ਤੋਂ ਹਮਲਾ ਕਰਾਇਆ ਸੀ ਉਹ ਪ੍ਰਸ਼ਾਸਨ ਵੱਲੋਂ ਸਾਬਿਤ ਹੋ ਗਿਆ ਕਿ ਹਮਲਾ ਉਹਨਾਂ ਨੇ ਖੁਦ ਕਰਾਇਆ ਇਹਨਾਂ ਨੂੰ ਨਹੀਂ ਲੱਗਦਾ ਕਿ ਇਹ ਹਿੰਦੂ ਭਾਈਚਾਰਾ ਹੀ ਆ ਜਾਂ ਗਨਮੈ ਲੈਂਦੀ ਜਿਹੜੀਆਂ ਗੱਲਾਂ ਸਾਹਮਣੇ ਆਂਦੀਆਂ ਨੇ ਉਹਨੂੰ ਲੈ ਕੇ ਲੋਕਾਂ ਦੀ ਧਾਰਨਾ ਬਣ ਚੁੱਕੀ ਹੈ ਕਿ ਕਿਸੇ ਨਾਲ ਸੱਚਮੁੱਚ ਵੀ ਕੁਝ ਹੋਵੇ ਤਾਂ ਲੋਕੀ ਕਹਿੰਦੇ ਕਿ ਯਾਰ ਗਨਮੈ ਲੈਂਦੀ ਕਰਦੇ ਹੋਣੇ ਇੱਕ ਮਾੜਾ ਹੋਵੇ ਆਪਾਂ ਇਹ ਨਹੀਂ ਕਹਿੰਦੇ ਪੰਜਾਂ ਉਂਗਲਾਂ ਇੱਕੋ ਵਰਬਰ ਹੁੰਦੀਆਂ ਹਰ ਕੋਈ ਧਰਮ ਦੇ ਵਿੱਚ ਅਸੀਂ ਬੋਲਦੇ ਹਾਂ ਅਸੀਂ ਸਾਰੇ ਧਰਮਾਂ ਦੇ ਲੱਗ ਹੁੰਦੀਆਂ ਨਾ ਜੋ ਉਹ ਸਾਹਮਣੇ ਧਰਮ ਦੇ ਵਿੱਚ ਵੀ ਕੋਈ ਕਮੜਾ ਹੋਵੇ ਬੰਦਾ ਮੜਾ ਹੁੰਦਾ ਤੜਾ ਮੜਾ ਨਹੀਂ ਹੁੰਦਾ ਅਸੀਂ ਧਰਮ ਮਰਦਾ ਭਾਜੀ ਪਹਿਲੇ ਨਹੀਂ ਕਰੀ ਸਿੱਖ ਆਪਾਂ ਭਾਈਚਾਰਾ ਮਾਰਾ ਕਹੇ ਮਾਰਾ ਕਹਿ ਨਹੀਂ ਰੇ ਅਸੀਂ ਇਸ ਲਈ ਨਹੀਂ ਮਾਰਾ ਕਹਿ ਰਹੇ ਆ ਸਾਡਾ ਇਕੱਠਿਆਂ ਦਾ ਭਾਈਚਾਰਾ ਵਾ ਅਸੀਂ ਇਕੱਠੇ ਜੰਮੇ ਪਲੇ ਨੇ ਅਸੀਂ ਇਸ ਲਈ ਉਹਨਾਂ ਨੂੰ ਮਾਰਾ ਕਿਉਂ ਕਵਾਂਗੇ ਅਸੀਂ ਉਗਰਵਾਦ ਦੇ ਖਿਲਾਫ ਜਿਹੜੇ ਉਗਰਵਾਦ ਫਲਾ ਰਹੇ ਸੀ ਉਹਨੂੰ ਮਾਰਾ ਕਹਿ ਰਹੇ ਆ ਅਸੀਂ ਪੱਕਿਆਂ ਨੂੰ ਮਾਰਾ ਨਹੀਂ ਕਹਿ ਰਹੇ ਲੇਕਿਨ ਤੁਸੀਂ ਉਹਨਾਂ ਦੀ ਆਸਤਾ ਬਾਰੇ ਤਾਂ ਗੱਲ ਕਰ ਰਹੇ ਹੋ ਕਿ 11ਵੇਂ ਗੁਰੂ ਦਾ ਦਰਜਾ ਦਿੱਤਾ ਉਹਨਾਂ ਦੀ ਆਸਤਾ ਬਿਆਨ ਦਿੰਦਾ ਠੀਕ ਆ ਕਿ ਹਿੰਦੂਆਂ ਦੇ ਖਿਲਾਫ ਕੁੱਤੇ ਨੂੰ ਜੇ ਹਿੰਮਤ ਆ ਤੇ ਜਦਾ ਤੂੰ ਇੱਥੇ ਆ ਦੇਸ਼ ਦੇ ਪ੍ਰਧਾਨ ਮੰਤਰੀ ਹਿੰਦੂ ਹੀ ਨੇ ਆਪਣੇ ਨਰਿੰਦਰ ਮੋਦੀ ਜੀ ਏਜੰਸੀਆਂ ਢੋਡੇ ਕੋਲ ਨੇ ਸਭ ਕੁਝ ਢੋਡੇ ਕੋਲ ਆ ਤੁਸੀਂ ਵਿਦੇਸ਼ ਮੰਤਰਾਲੇ ਨੂੰ ਕਹਿ ਕੇ ਪੰਨੂ ਨੂੰ ਲਿਆਓ ਭਾਜੀ ਪੰਨੂ ਨੂੰ ਜੇ ਲਿਆ ਇੱਧਰ ਸੁਣੋ ਪੰਨੂ ਤੁਸੀਂ ਕਹਿੰਦੇ ਹੋ ਜੇ ਉਹ ਤਾਂ ਹੀ ਆਈਡੀਆਂ ਬੰਦ ਕਰਾਤੀਆਂ ਉਹਨਾਂ ਨੇ ਹੁਣ ਆਈਡੀਆਂ ਉਹਨਾਂ ਦੀਆਂ ਬੰਦ ਹੋ ਗਈਆਂ ਬਿਆਨਵਾਦੀਆਂ ਤਾਂ ਇਹੀ ਸ਼ੁਰੂ ਕਰਦੇ ਕੋਈ ਨਵੀਂ ਆਈਡੀ ਤੋਂ ਬਣਾ ਲੂਗੇ ਜਿਨ੍ਹਾਂ ਨੇ ਉਗਰਵਾਦ ਫਲਾਣਾ ਨਾ ਉਹਨਾਂ ਨੇ ਕਿਸੇ ਤੋਂ ਵੀ ਭਾਜੀ ਜਿਨ੍ਹਾਂ ਨੇ ਫੰਡਿੰਗ ਕਰਨੀ ਹੈ ਕਿਸੇ ਦਾ ਭਾਨੇ ਕਰ ਰਹੀ ਹੈ ਫੰ ਜੇ ਤੁਸੀਂ ਸੋਚੋ ਫੰਡਿੰਗ ਦਾ ਉਹਨਾਂ ਦਾ ਫੰਡਿੰਗ ਪੇਚ ਕੀ ਹੈ ਪੇਚ ਦੂਜਾ ਪੇਜ ਬਣਾ ਲੂਗੇ ਹਿੰਦੂ-ਲਾਸ਼ਤਰੀ ਗੱਲ ਕਰਦੇ ਹੋ ਜਦੋਂ ਪ੍ਰਧਾਨ ਮੰਤਰੀ ਆਪਾਂ ਨੂੰ ਹਿੰਦੂ ਮਿਲਿਆ ਹੋਇਆ ਵਾ ਫੇੜਾ ਆਪਾਂ ਨੂੰ ਹੋਣ ਇੱਕ ਲਾਸ਼ਤਰੀ ਗੱਲ ਹਿੰਦੂ ਅਜਿਹਾ ਆਪਾਂ ਨੂੰ ਮਿਲਿਆ ਰਾਸ਼ਟਰਪਤੀ ਉਹਦੇ ਨਾਲ ਵੀ ਤੁਸੀਂ ਦੇਖੋ ਕਿੰਨਾ ਥੱਲ ਪੈ ਗਈ ਠੀਕ ਹੈ ਜੀ ਜਿਹੜਾ ਅਮਰਤਪਾਰਾ ਵਾਲਾ ਕਾਂਡ ਹੋਇਆ ਐਨਐਸਏ ਲੱਗੀ ਐ ਇੰਨੀ ਸੁਖੀ ਨਹੀਂ ਲੱਗਣੀ ਸੀਗੀ ਠੀਕ ਹੈ ਨਾ ਕੋਈ ਵੀ ਚੀਜ਼ ਆ ਅਸੀਂ ਇਹ ਨਹੀਂ ਕਹਿੰਦੇ ਜਿਹੜਾ ਉਗਰਵਾਦ ਨੂੰ ਬढ़ावा ਦਿੰਦਾ ਸਾਡੇ ਲਈ ਗੁਨਾਹਗਾਰ ਆ ਜੇ ਅਸੀਂ ਵੀ ਬੋਲਦੇ ਆ ਕਿਸੇ ਦੇ ਅਸੀਂ ਵੀ ਗੁਨਾਹਗ ਇਹ ਚੀਨੂ ਆ ਸੀ ਸਭ ਨੇ ਭਾਈਚਾਰਾ ਸੀ ਕਹਿੰਦੇ ਕੈਮਰ ਰੱਖਣਾ ਆਪਣਾ ਲੋਕ ਕੀ ਕਰ ਰਹੇ ਹੋ ਨਾ ਖੇਤਰੀ ਨੂੰ ਕੀ ਕਰ ਰਹੇ ਹੋ ਭਾਜੀ ਅਸੀਂ ਆਪਣਾ ਹਵਨ ਕਰ ਰਹੇ ਹਾਂ ਛੇ ਤੀਨ ਨੂੰ ਠੀਕ ਹੈ ਸ਼ਹੀਦਾਂ ਦਾ ਉਹਦੇ ਵਿੱਚ ਅਸੀਂ ਬੋਸਪੇਸਾ ਜਾਨੂੰ ਕਹਿੰਦੇ ਆ ਅਸੀਂ ਤਾਂ ਸ਼ਾਂਤੀ ਭੂਗਤ ਕਰ ਰਹੇ ਹਾਂ ਜਿਹੜਾ ਵੀ ਕੰਮ ਕਰਨਾ ਵਾ ਜੋ ਵੀ ਹੈ ਪ੍ਰਸ਼ਾਸਨ ਤੋਂ ਅਸੀਂ ਦੱਸ ਜੇ ਤੁਹਾਡੀ ਇਸ ਗੋਲ ਤੋਂ ਗੋਲ ਦੇਣ ਦੇ ਬਹੁਤ ਕੋਈ ਮਾਹੌਲ ਖਰਾਬ ਹੁੰਦਾ ਕਿ ਵਿਵਾਦ ਖੜਾ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਭਾਈ ਉਹਦੇ ਵਿੱਚ ਆਪਾਂ ਕੋਈ ਇਹੋ ਜਿਹਾ ਬਿਆਨ ਗਲਤ ਦੇ ਨਹੀਂ ਰਹੇ ਅਸੀਂ ਤਾਂ ਉਗਰਵਾਦ ਦੇ ਮੈਂ ਹੁਣ ਵੀ ਇਹੀ ਕਹ ਰਿਹਾ ਤਾਂ ਉਗਰਵਾਦ ਦੇ ਖਿਲਾਫ ਬਿਆਨ ਦੇ ਰਹੇ ਹਾਂ ਕਿਸੇ ਗਲਤ ਖਲਾਬ ਬਿਆਨੀ ਦੇ ਰਹੇ ਠੀਕ ਹੈ ਅਸੀਂ ਜਿਹੜਾ ਵੀ ਕਹਿ ਰਹੇ ਹਾਂ ਜਿਹੜਾ ਉਗਰਵਾਦ ਨੂੰ ਬढ़ावा ਦਿੰਦਾ ਉਹ ਕਸੂਰਵਾਰ ਆ ਕੋਈ ਵੀ ਆ ਜੇ ਅਸੀਂ ਆਸੀਂ ਕਿਸੇ ਨੂੰ ਬੱਚੇ ਨੂੰ ਝੜਕਾਵਾਂਗੇ ਆ ਤੂੰ ਆ ਹਥਿਆਰ ਚੱਕ ਉਹ ਸਾਡੇ ਲਈ ਗੁਨੇਗਾਰ ਆ ਅਸੀਂ ਅਸੀਂ ਵੀ ਗੁਨੇਗਾਰ ਆ ਸਾਡੇ ਲਈ ਵੀ ਅਸੀਂ ਇਹ ਕਹ ਉਹ ਕੋਈ ਗੁਨਾਹਗਰ ਨਹੀਂ ਹੈਗਾ ਜਿਵੇਂ ਪੰਨੂ ਉੱਥੇ ਬੈਠਾ ਤੇ ਬਿਆਨ ਦੇ ਦਿੰਦਾ ਇੱਥੇ ਜਿਹੜੇ ਅੱਜਕੱਲ ਦੇ ਨੌਜਵਾਨ ਨੇ ਉਹ ਭੜਕ ਜਾਂਦੇ ਨੇ ਹਰ ਚੀਜ਼ ਨੂੰ ਹੁਣ ਅਸੀਂ ਵੀ ਕਿਸੇ ਆਪਣੇ ਨੋ ਹਿੰਦੂ ਨੌਜਵਾਨ ਨੂੰ ਅਸੀਂ ਕਹਿ ਦਈਏ ਆ ਤੂੰ ਬਿਆਨ ਦੇ ਦੇ ਇੱਕ ਸਿੰਗਲ ਬੰਦਾ ਨੌਜਵਾਨੀ ਨੂੰ ਗੁੰਮਰਾਹ ਕਰਕੇ ਗਲਤ ਰਾਹ ਲੈ ਕੇ ਜਾ ਰਿਹਾ ਲੇਕਿਨ ਅੱਪਾ 25 ਸ਼ਿਵਸ਼ਨਾ ਬਣਾ ਕੇ ਵੀ ਨੌਜਵਾਨੀ ਨੂੰ ਸਹੀ ਰਾਹ ਨਹੀਂ ਲੱਗੇ ਆ ਸਕਦੇ ਭਾਜੀ ਸਾਰੇ ਲੈ ਕੇ ਆ ਰਹੇ ਹੁਣ ਆਪਾਂ ਤਾਂ ਲੋਕਾਂ ਨੂੰ ਸਮਝਾ ਸਕਦੇ ਆ ਨਾ ਠੀਕ ਨਾ ਆਪਾਂ ਜੇ ਲੋਕਾਂ ਨੂੰ ਦੱਸ ਸਕਦੇ ਆ ਕਿਸੇ ਨੂੰ ਆਪਾਂ ਦਿਮਾਗ ਦੇ ਵਿੱਚ ਤਾਂ ਨਹੀਂ ਬਿਠਾ ਸਕਦੇ ਠੀਕ ਜਿਹੜੀ ਚੀ ਉਹਨਾਂ ਨੇ ਉਹੀ ਚੀਜ਼ ਮੰਨਣੀ ਆ ਉਹਨਾਂ ਨੇ ਬਾਕੀ ਚੀਜ਼ ਨਹੀਂ ਅਸੀਂ 50 ਵਾਰੀ ਸਮਝਾਈਈ ਅਸੀਂ ਬੋਲੀ ਚਾਹੀਏ ਕਿਸੇ ਨੇ ਸਾਡਾ ਅਮਲ ਨਹੀਂ ਕਰਨਾ ਤੁਸੀਂ ਦੇਖ ਲਿਓ ਤੁਸੀਂ ਆ ਜਿਹੜੀਆਂ ਤੈਨੂੰ ਵੀਡੀਓ ਚਲਾ ਰਹੇ ਹੋ ਤੁਸੀਂ ਇਹਦੇ ਪਿਆਹਾਂ ਕਮੈਂਟ ਆਏ ਹੋਣੇ ਸਾਨੂੰ ਗਾਲਾਂ ਦੇ ਕੋਈ ਗੱਲ ਨਹੀਂ ਅਸੀਂ ਕੋਈ ਗਲਤ ਥੋੜੀ ਬੋਲਦੇ ਅਸੀਂ ਇਹ ਕਹਿੰਨੇ ਕੋਈ ਚੀਜ਼ ਨੂੰ ਵਡਾਵਾ ਦਿੰਦਾ ਉਹਦੇ ਦੇ ਵਿੱਚ ਬੋਲਣ ਸਿੱਖ ਭਾਈ ਜਾਰਾ ਵੀ ਬੋਲਦਾ ਹੀ ਹੈ ਉਹ ਗਰਵਾ ਦੇ ਖਿਲਾਫ ਬੋਲਦਾ ਨਾ ਇਸ ਲਈ ਕੋਈ ਵੀ ਚੀਜ਼ ਆ ਅਸੀਂ ਇਹ ਬੋਲਨੇ ਅਸੀਂ ਇਹ ਕਹਿੰਨੇ ਜਿਹੜਾ ਵਡਾਵਾ ਦਿੰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਕੋਈ ਵੀ ਹੈ ਇਹ ਠੀਕ ਦਾ ਪ੍ਰੋਗਰਾਮ ਦਾ ਪ੍ਰਸ਼ਾਸਨ ਨਾਲ ਅਲਟੀਮ कोरोना ਅਸੀਂ ਅਸੀਂ ਅੰਦਰ ਬਹਿ ਕੇ ਕਰਨਾ ਅਸੀਂ ਕਿਸੇ ਨੂੰ ਇਹ ਕਿਸੇ ਦੇ ਠੇਸ ਨਹੀਂ ਪਹੁੰਚਾਣਾ ਚਾਹੁੰਦੇ ਠੀਕ ਹੈ ਅਜੇ ਤੱਕ ਓਵਰਵਾਦ ਦੇ ਖਿਲਾਫ ਅਸੀਂ ਉਹ ਅਸੀਂ ਕਹਿੰਦੇ ਸ਼ਹੀਦਾਂ ਨੂੰ ਉੱਥੇ ਲਾਦਣ ਉੱਥੇ ਕਰਨ ਫੋਟੋਆਂ ਲਾਦਣ ਅਸੀਂ ਉਹਨਾਂ ਦੇ ਨਾਲ ਅਸੀਂ ਕਿਸੇ ਦੇ ਖਿਲਾਫ ਨਹੀਂ ਹੈਗੇ ਤੁਸੀਂ ਦੇਖਿਆ ਗਿਆ ਸੀ ਨੀਲ ਚੋਪੜਾ ਹੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸ਼ਾਂਤ ਮੇ ਟੰਗਲੇ ਨਾਲ ਅਸੀਂ ਆਪਣੇ ਅੰਦਰ ਹੀ ਪ੍ਰੋਗਰਾਮ ਕਰਾਂਗੇ ਕਹਵੋ ਨਹੀਂ ਅੱਗੇ ਕਰਾਂਗੇ ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਕਰਾਂਗੇ ਜੋ ਹਰ ਧਰਮ ਦੇ ਸ਼ਹੀਦ ਹੋਣਗੇ ਅਸੀਂ ਸਿੱਖਾਂ ਲਈ ਵੀ ਕਰਾਂਗੇ ਜੋ ਉੱਥੇ ਸ਼ਹੀਦ ਹੋਏ ਨੇ ਨਤਮਸਕ ਹੋਣ ਗਏ ਸੀਗੇ ਜੋ ਜਿਨ੍ਹਾਂ ਦਾ ਕਿਸੇ ਵਿਵਾਦ ਤੋਂ ਕੋਈ ਲੈਣਾ ਦੇਣਾ ਨਹੀਂ ਸੀਗਾ ਅਸੀਂ ਆਪਣੇ ਚੈਨਲ ਦੇ ਮਾਧਿਅਮ ਲਈ ਅਪੀਲ ਕਰਾਂਗੇ ਕਿ ਹਰ ਧਰਮ ਦਾ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਕਿਸੇ ਵੀ ਧਰਮ ਦੇ ਵਿਅਕਤੀ ਨੂੰ ਦੂਸਰੇ ਧਰਮ ਦੇ ਖਿਲਾਫ ਕੋਈ ਉਹਦੀ ਟਿੱਪਣੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਕਿਸੇ ਦੀ ਆਸਥਾ ਨੂੰ ਠੇਸ ਪਹੁੰਚੇ